ਪੂਰਾ ਭਿੰਡਰ ਤੇ ਬਾਬਾ ਦਸੌਂਦਾ ਸਿੰਘ ਕਲੱਬ ਵਰੇ ਸਾਡੇ ਟੈਂਟ ਵਾਲੇ ਵੀਰਾਂ ਨੂੰ ਬੇਨਤੀ ਵੀ ਚਾਹ ਜਿਹੜੀ ਜ਼ਰੂਰ ਪੂਜਦੀ ਕਰ ਦਿਓ, ਬੜੀ ਮਿਹਰਬਾਨੀ ਹੈ। ਬਹੁਤ ਪਿਆਰੇ ਵੀਰ ਆ ਸਾਡੇ ਉਧਰ ਸਟੂਡੀਓ ਵਾਲੇ ਵੀਰਾਂ ਦਾ। ਹਾਂਜੀ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ, ਸੇ ਵੀ ਮੈਚ ਕਰਵਾ ਦਿਓ ਵੀਰੇ। ਆਪਣੇ ਕੋਲ ਮੈਚ ਬਹੁਤ ਆ, 75 ਦੀਆਂ ਵੀ 50 ਟੀਮਾਂ ਐਂਟਰ ਹੋ ਚੁੱਕੀਆਂ, 50-55 ਟੀਮਾਂ ਹੋ ਗਈਆਂ। ਮੇਰੀ ਬੇਨਤੀ ਹੈ ਵੀ ਜਲਦੀ ਨਾਲ ਮੈਚ ਕਰਵਾ ਦਿਓ। ਲੋ ਸਾਹਮਣੇ ਪਹਿਲੀ ਕਬੱਡੀ ਰੱਜੀ ਵਾਲੀ ਹੈ, ਨਿੱਕੇ ਦੇ ਪਿੰਡ ਨੇ ਪਾਈ ਹੈ। ਕੱਲ ਨੂੰ ਉਹ ਖਿਡਾਰੀ ਵੀ ਪੁੱਜਣਾ ਹੈ। ਪੰਜਾਬ ਦੇ ਕਾਨਵੈਂਟ ਸਕੂਲਾਂ ਦਾ ਪੜਿਆ ਤੇ ਗ੍ਰੈਜੂਏਸ਼ਨ ਕਹਿੰਦੇ ਗੁਰੂ ਨਾਨਕ ਕਾਲਜ ਮੋਗੇ ਤੋਂ ਕੀਤੀ ਰੱਜੀ ਵਾਲੀ ਹੈ ਨਿੱਕੇ ਨੇ। ਉਹ ਗੱਭਰੂ ਵੀ ਕੱਲ ਨੂੰ ਪੁੱਜਣਗੇ, ਚੈਨੇ ਵਰਗੇ ਜੰਟੇ ਵਰਗੇ ਕਬੱਡੀ ਦੇ ਸਟਾਰ। ਵੇਖੋ ਸਾਹਮਣੇ ਇਸ ਵੇਲੇ ਉਸੇ ਪਿੰਡ ਦਾ ਇਹ ਨੌਜਵਾਨ ਗੱਭਰੂ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਮਾਲਵੇ ਦੀ ਧਰਤੀ ਨੇ ਖਿਡਾਰੀ ਪੈਦਾ ਕੀਤੇ ਹੈ। ਤਿੰਨ ਜ਼ਿਲ੍ਹੇ ਮੋਗੇ ਨੇ ਕਬੱਡੀ ਦੇ ਖਿਡਾਰੀ ਪੈਦਾ ਕੀਤੇ ਹੈ। ਮਹਾਂਪੁਰਸ਼ਾਂ ਦੀ ਧਰਤੀ ਸੰਤਾ ਮਹਾਂਪੁਰਸ਼ਾਂ ਦੀ ਮਹਾਂਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦ ਦੇ ਵਿੱਚ ਰੌਣਕਾਂ ਲੱਗੀਆਂ। ਸ਼੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ ਤੇ ਸੰਤ ਬਾਬਾ ਨਰੰਜਨ ਸਿੰਘ ਜੀ ਵੈਦ, ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਵੱਡੀ ਦਾ ਕੱਪ, ਬਾਬਾ ਹਰਦੇਖ ਸਿੰਘ ਜੀ ਸੋਟੀ ਵਾਲ ਵਾਲਿਆਂ ਦੀ ਪਾਰ ਕਿਰਪਾ, ਬਾਬਾ ਜਰਨੈਲ ਦਾਸ ਜੀ ਗਊਸ਼ਾਲਾ ਵਾਲੇ ਮਹਾਂਪੁਰਸ਼ਾਂ ਦੀ ਪਾਰ ਕਿਰਪਾ। ਮੇਰੇ ਵੀਰੋ, ਅੱਜ ਰੌਣਕਾਂ ਲੱਗੀਆਂ ਦਾਇਆ ਕਲਾ ਨਗਰ ਦੇ ਵਿੱਚ। ਮੇਰੇ ਵੀਰੋ, ਅੱਜ ਰੌਣਕਾਂ ਲੱਗੀਆਂ ਦਾਇਆ ਕਲਾ ਨਗਰ ਦੇ ਵਿੱਚ। ਹੈਲੋ, ਕਬੱਡੀ 75 ਦੀਆਂ, ਜੇ ਕੋਈ ਟੀਮ ਰਹਿੰਦੀ ਹੈ 2-3 ਮਿੰਟਾਂ ਦੇ ਵਿੱਚ ਐਂਟਰ ਹੋ ਸਕਦੀ ਹੈ, ਬਾਅਦ ਚ ਕੋਈ ਟੀਮ ਐਂਟਰ ਨਹੀਂ ਕੀਤੀ ਜਾਣੀ। ਹਾਂਜੀ, ਮਾਈਕ ਓਵਰ ਟੂ ਸਟੇਜ। ਬਾਈ, ਦੂਜੇ ਰਾਉਂਡ ਦੀਆਂ 60 ਕਿਲੋ ਦੀਆਂ ਟਾਈਆਂ ਕੱਢਣ ਲੱਗੇ ਜਿਹੜੀਆਂ ਰਹਿੰਦੀਆਂ। ਆ ਜਾਓ ਇੱਕ ਪਲੇਅਰ ਤੇ ਚੱਲ ਵੀ ਗਗੜੇ ਵਾਲਿਆ। ਇਧਰ ਵੇਖੋ ਸਾਹਮਣੇ ਗਗੜੇ ਪਿੰਡ ਵਾਲੇ ਦੀ ਪਈ ਹੋਈ ਕਬੱਡੀ ਹੈ। ਉਧਰ ਵੇਖੋ ਸਾਹਮਣੇ ਰੱਜੀ ਵਾਲੀ ਨੇ 51 ਟੈਂਟ ਕੀਤਾ, ਹੁਣ ਕੈਂਚੀ ਵੱਜ ਗਈ ਹੈ ਖੇਡ ਮੈਦਾਨ ਦੇ ਵਿੱਚ। ਵਾਹ ਓਏ ਨੌਜਵਾਨ, ਇਹ ਪੁਆਇੰਟ ਇਸ ਵੇਲੇ ਜਾਫੀ ਦਾ, ਇਹ ਪੁਆਇੰਟ ਇਸ ਵੇਲੇ ਜਾਫੀ ਦਾ ਕਿ ਇੱਕ ਨੇ ਫੜਨਾ, ਇੱਕ ਨੇ ਧਾਵਾ ਬੋਲਣਾ, ਕਿਹਨੇ ਕਾਢ ਸੀ ਮੇਰੀ ਕੱਢੀ, ਪਿੰਡਾਂ ਵਿੱਚ ਮੈਂ ਜਨਮ ਲਿਆ, ਮੇਰਾ ਰੱਖਤਾ ਨਾਮ ਕਬੱਡੀ, ਰੋੜਿਆ ਰੱਪਣਾ ਵਿੱਚ ਦਿਨ ਕੱਟ ਲਏ, ਹੁਣ ਮੈਂ ਸਟੇਡੀਅਮਾਂ ਦੇ ਵਿੱਚ ਆ ਗਈ ਤੇ ਪੰਜਾਬ ਸਰਕਾਰ ਨੇ ਮੇਰੀ ਬਾਂਹ ਫੜ ਲਈ, ਮੈਂ ਦੁਨੀਆਂ ਦੇ ਵਿੱਚ ਆ ਗਈ, ਖੋਸੇ ਕੋਟਲੇ ਵਾਲਿਆ ਮੈਂ ਵਾਰੇ ਨਿਆਰੇ ਕਰਤੇ, ਜਿਹਦੇ ਵੱਲ ਖਲੋਈ ਵੇ ਲੋਕੋ ਮੈਂ ਹੀਰਾ ਬਣ ਗਈ, ਕੌਡੀ ਨਾ ਆਖਿਓ ਕੋਈ, ਵੇ ਲੋਕੋ ਮੈਂ ਹੀਰਾ ਬਣ ਗਈ, ਕੌਡੀ ਨਾ ਆਖਿਓ ਕੋਈ। ਇਹ ਖੋਸੇ ਕੋਟਲੇ ਵਾਲੇ ਦੀਆਂ ਲਾਈਨਾਂ ਲਿਖੀਆਂ ਮੇਰੇ ਵੀਰੋ। ਆ ਵੇਖੋ ਗਗੜੇ ਵਾਲਾ ਇੱਕ ਪਾਸੇ, ਦੂਜੇ ਪਾਸੇ ਰੱਜੀ ਵਾਲੀ ਆ। ਨੌਜਵਾਨ ਗੱਭਰੂ ਇਸ ਵੇਲੇ ਕਰਦਾ ਟਰਾਈ ਖੇਡ ਮੈਦਾਨ ਦੇ ਵਿੱਚ, ਖੇਡ ਮੈਦਾਨ ਦੇ ਵਿੱਚ ਪਈ ਆ ਬੱਲੇ ਬੱਲੇ, ਹੋਈ ਪਈ ਆ ਬੱਲੇ ਬੱਲੇ। ਇਹ ਪੁਆਇੰਟ ਇਸ ਵੇਲੇ ਜਾਫੀ ਦਾ, ਇਹ ਪੁਆਇੰਟ ਇਸ ਵੇਲੇ ਜਾਫੀ ਦਾ। ਹੈਲੋ, ਸ਼ੇਰਪੁਰਾ ਦੇ ਵਰਸਸ ਖੋਸਾ ਪਾਂਡੋ ਬਈ, ਇਹ 2 ਨੰਬਰ ਗਰਾਊਂਡ ਚ ਆ ਜਾਓ, ਸ਼ੇਰਪੁਰਾ ਵਰਸਸ ਖੋਸਾ ਪਾਂਡੋ। ਹਰਦੀਪ ਬਿਦਵਿੰਦਰ ਮੰਡੀਲਾਲ ਲਿਆ ਵੀ, ਜਿਹੜਾ 60 ਦਾ 75 ਦਾ ਤੇ ਓਪਨ ਚ ਟਾਈ ਕਰਦਾ, ਵਧੀਆ ਖਿਡਾਰੀ ਖੇਡੂਗਾ, ਵਿਸ਼ੇਸ਼ ਸਨਮਾਨਿਤ ਕੀਤਾ ਜਾਊਗਾ। ਜਸਵਿੰਦਰ ਮਨੀਲਾ, ਹਾਂ ਦਵਿੰਦਰ ਮਨੀਲਾ, ਦਵਿੰਦਰ ਮਨੀਲਾ ਵਾਲਾ ਸਾਡਾ ਵੀਰ। ਉਹ ਕਹਿੰਦੇ ਵੀ ਜਿਹੜਾ ਵੀ ਖਿਡਾਰੀ ਚਾਹੇ 60 ਕਿਲੋ ਦਾ ਹੋਵੇ, ਚਾਹੇ 75 ਦਾ ਹੋਵੇ, ਚਾਹੇ ਓਪਨ ਦੇ ਵਿੱਚ ਹੋਵੇ, ਵਧੀਆ ਪਰਫਾਰਮੈਂਸ ਦਿੰਦਾ, ਵਧੀਆ ਪ੍ਰਦਰਸ਼ਨ ਕਰਦਾ, ਉਹਨੂੰ ਵਿਸ਼ੇਸ਼ ਮਾਨ ਸਨਮਾਨ ਕੀਤੇ ਜਾਣਗੇ। ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ। ਦਵਿੰਦਰ ਮਨੀਲਾ ਸਾਡਾ ਵੀਰ, ਉਹ ਕਹਿੰਦੇ ਵੀ ਜਿਹੜਾ ਖਿਡਾਰੀ ਵਧੀਆ ਪਰਫਾਰਮੈਂਸ ਦਿੰਦਾ ਦਾਤੇ ਵਾਲੇ ਟੂਰਨਾਮੈਂਟ ਦੇ ਵਿੱਚ, ਉਹਨੂੰ ਮਾਨ ਸਨਮਾਨ ਦਿੱਤੇ ਜਾਣਗੇ। ਜੇ ਰੈਫਰੀ ਵੀ ਵਧੀਆ ਪਰਫਾਰਮੈਂਸ ਦਿੰਦੇ ਆ, ਤੁਹਾਡੇ ਵੀ ਮਾਨ ਸਨਮਾਨ ਹੋਣੇ ਹੈ। ਦੇਖੋ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਰੱਜੀ ਵਾਲੀ, ਇਹ ਮੋਢੇ ਹੋਣਾਂ ਦਾ ਪੇਂਡੂ ਮੇਰੇ ਵੀਰੋ। ਕਬੱਡੀ 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 ਹੋ ਗਈ ਮਿੱਤਰੋ ਖੇਡ ਮੈਦਾਨ ਦੇ ਵਿੱਚ। ਇਹ ਪੁਆਇੰਟ ਗਗੜੇ ਵਾਲੇ ਨੌਜਵਾਨ ਗੱਭਰੂ ਦਾ, ਇਹ ਪੁਆਇੰਟ ਗਗੜੇ ਵਾਲੇ ਨੌਜਵਾਨ ਗੱਭਰੂ ਦਾ, ਗੋਲੂ ਵਰਗੇ ਕਬੱਡੀ ਦੇ ਸਟਾਰ ਮੇਰੇ ਵੀਰੋ। ਲੈ ਵੀ ਸੇਪੀ ਦਾਤੇ ਵਾਲਾ, ਪਿਛਲੀ 18 ਤਰੀਕ ਨੂੰ ਗਗੜੇ ਵਾਲੇ ਫੌਜੀ ਦੇ ਘਰੇ ਵੀ ਨੂੰਹ ਆ ਗਈ ਹੈ, ਗੋਲੂ ਗਗੜੇ ਵਾਲਾ ਵੀ ਵਿਆਹ ਦੇ ਬੰਧਨਾਂ ਦੇ ਵਿੱਚ ਬੱਝ ਗਿਆ ਮੇਰੇ ਵੀਰੋ। ਲਓ ਸਾਹਮਣੇ ਵੇਖੋ ਉਸੇ ਪਿੰਡ ਦਾ ਨੌਜਵਾਨ ਗੱਭਰੂ ਉਸੇ ਲਈ ਕਬੱਡੀ ਪਾ ਰਿਹਾ, ਪੁਆਇੰਟ ਰੇਡਰ ਦਾ, ਪੁਆਇੰਟ ਰੇਡਰ ਦਾ ਖੇਡ ਮੈਦਾਨ ਦੇ ਵਿੱਚ ਕਿਤਾ
ਭਾਵੀ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਜਾਫੀ ਹੋਈ ਉਹ ਮੰਨਿਆ ਜਾਵੇ ਜਿਹੜਾ ਉੱਡਦੀ ਰੇਲ ਨੂੰ ਨੱਪੇ ਭਾਵੀ ਦੇ ਲਈ ਭਾ ਜ਼ਰੂਰੀ ਜਾਫੀ ਦੇ ਹੱਥ ਪੱਕੇ ਵਾਕਈ ਜਿਨ੍ਹਾਂ ਨੇ ਪਕੜਾਂ ਮਜ਼ਬੂਤ ਕੀਤੀਆਂ ਲੋਕ ਉਹਨਾਂ ਦੇ ਸਰਨਾਮੇ ਪੁੱਛਦੇ ਆ ਆਹ ਵੇਖੋ ਰੱਜੀ ਵਾਲੀ ਆ ਕਬੱਡੀ 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 ਕਰਦਾ ਹੋਇਆ ਡਾਢਾ ਇਸ਼ਕ ਹੈ ਕਬੱਡੀ ਦੇ ਨਾਲ ਪੰਜਾਬੀਆਂ ਨੂੰ ਡਾਢਾ ਮੋਹ ਹੈ ਕਬੱਡੀ ਦੇ ਨਾਲ ਪੰਜਾਬੀਆਂ ਨੂੰ ਤਾਂ ਹੀ ਤਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਅੰਤਾਂ ਦਾ ਮੋਹ ਕਰਦੇ ਆ ਇਹ ਪੁਆਇੰਟ ਇਸ ਸਮੇਂ ਰੇਡਰ ਦਾ ਮੈਚ ਸਮਾਪਤ ਦੱਸੀ ਵੀ ਬਾਈ ਇਸ ਮੈਚ ਚੋਂ ਰੱਜੀ ਵਾਲਾ ਜਿੱਤ ਗਈ ਕਿੰਨੇ ਵੀਰੀ ਨੋਟ ਕਰ ਲਿਓ ਰੱਜੀ ਵਾਲੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਦੱਲਾ ਤੇ ਲੀਲਾ ਦੀਆਂ ਟੀਮਾਂ ਜਿਹੜੀਆਂ ਸੈਂਟਰ ਲਾਈਨ ਦੇ ਉੱਤੇ ਆ ਜਾਣ ਚਨਾਵਾਂ ਤੇ ਮੱਲੀਆਂ ਤਿਆਰੀ ਕਰ ਲੈਣ ਦੱਲਾ ਤੇ ਲੀਲਾ ਮੇਘ ਸਿੰਘ ਦੀਆਂ ਟੀਮਾਂ ਇਹ ਸੈਂਟਰ ਵਾਲੀ ਲਾਈਨ ਦੇ ਉੱਤੇ ਆ ਜਾਣ ਚਗਾਵਾਂ ਤੇ ਮੱਲੀਆਂ ਵਾਲੇ ਦੀਆਂ ਟੀਮਾਂ ਤਿਆਰ ਪਰ ਤਿਆਰ ਹੋ ਕੇ ਵੇਟਿੰਗ ਬਾਕਸ ਦੇ ਵਿੱਚ ਪੁੱਜਣ ਚੱਲਦੇ ਮੈਚ ਚੋਂ ਰੱਜੀ ਵਾਲੇ ਦੀ ਟੀਮ ਜਿਹੜੀ ਜੇਤੂ ਰਹੀ ਹੈ ਮਹਾਂਪੁਰਸ਼ਾਂ ਦੀ ਅਪਾਰ ਕਿਰਪਾ ਹੈ ਅੱਜ ਇਸ ਨਗਰ ਦੇ ਉੱਤੇ ਮੇਰੇ ਵੀਰੋ ਜ਼ਿਲ੍ਹੇ ਮੋਗੇ ਦਾ ਮਸ਼ਹੂਰ ਪਿੰਡ ਹੈ ਦਾਇਆ ਕਲਾਂ ਦੀ ਧਰਤੀ ਦੇ ਉੱਤੇ ਰੌਣਕਾਂ ਲੱਗੀਆਂ ਗੱਲ ਖੇਡ ਕਬੱਡੀ ਦੀ ਕਿ ਕੈਂਚੀਆਂ ਤੇ ਧੌਲਾ ਗੁੱਜੇ ਵੱਜਦੇ ਘਸੁੰਡ ਤੇ ਜੋਧਿਆਂ ਬਗਾਨੇ ਦਿੰਦੇ ਆਟੇ ਵਾਂਗੂ ਗੁੰਨ ਸੱਟਾਂ ਫੇਟਾਂ ਸਹਿੰਦੀ ਚਿਹੜੀ ਤੂਤ ਜਿਹੀ ਹੱਡੀ ਰਚੀ ਹੈ ਪੰਜਾਬੀਆਂ ਦੇ ਖੂਨ ਚ ਕਬੱਡੀ ਰਚੀ ਹੈ ਪੰਜਾਬੀਆਂ ਦੇ ਖੂਨ ਚ ਕਬੱਡੀ ਜਿਹੜੇ ਮੈਂ 6 ਮੈਚ ਪਹਿਲਾਂ ਬੋਲਿਆ 60 ਕਿਲੋ ਦੇ ਦੂਜੇ ਰਾਉਂਡ ਦੇ ਰੰਡਿਆਲਾ ਤੇ ਸਿੱਧਵਾਂ ਬੇਟ ਤੱਕ ਮੈਚ ਜਿਹੜੇ ਇੱਧਰ ਹੀ ਹੋਣਗੇ ਉਸ ਤੋਂ ਬਾਅਦ ਦੱਸਾਂਗੇ ਪਲੇਅਰਾਂ ਨੂੰ ਵੀ ਮੈਚ ਕਿੱਧਰਲੇ ਪਾਸੇ ਹੋਣੀ ਹੈ ਮੇਰੀ ਬੇਨਤੀ ਹੈ ਵੀਰੇ ਹੁਣ ਦੂਜਾ ਰਾਉਂਡ ਸ਼ੁਰੂ ਹੋ ਗਿਆ ਜਿਹੜੇ ਗੱਲਾਂ ਛੱਡਦੇ ਹੋਣ ਕੋਈ ਵੀ ਵੀਰ ਜਾਲੀ ਮੋਹਰ ਲਾ ਕੇ ਗਰਾਊਂਡ 'ਚ ਨਾ ਆਵੇ ਚਗਾਵਾਂ ਤੇ ਮੱਲੀਆਂ ਵਾਲੇ ਦੀਆਂ ਟੀਮਾਂ ਤਿਆਰ ਹੈ ਉਸ ਤੋਂ ਬਾਅਦ ਗੋਬਿੰਦਗੜ੍ਹ ਤੇ ਬਾਬਾ ਸਾਧੂ ਸ਼ਾਹ ਜੀ ਕਬੱਡੀ ਕਲੱਬ ਕਿਸ਼ਨਪੁਰਾ ਭਿੰਡਰ ਤੇ ਵਰੇ ਦੀਆਂ ਟੀਮਾਂ ਔਰ ਰੰਡਿਆਲਾ ਤੇ ਸਿੱਧਵਾਂ ਬੇਟ ਇਹ ਵੀ ਟੀਮਾਂ ਤਿਆਰ ਰਹਿਣਗੀਆਂ ਲੈ ਵੀ ਘੋਲੀਏ ਵਾਲਿਆ ਕਰ ਗੱਲ ਚੱਲਦੇ ਹੋਏ ਮੈਚਾਂ ਦੀ ਹੈਲੋ ਕਿ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਸਾਰ ਨਾ ਮੈਂ ਜਾਣਾ ਤੇਰੀ ਸਭਸੇ ਵੱਡਾ ਮੇਰਾ ਸਤਿਗੁਰੂ ਨਾਨਕ ਕਿ ਜਿਹਨੇ ਨੇ ਰੱਖੇ ਮੇਰੀ ਅੱਜ ਮਾਲਵੇ ਦਾ ਕਹਿੰਦੇ ਪ੍ਰਸਿੱਧ ਪਿੰਡ ਜ਼ਿਲ੍ਹੇ ਮੋਗੇ ਦੇ ਵਿੱਚ 344 ਪਿੰਡ ਨੇ 11 ਲੱਖ ਦੇ ਕਰੀਬ ਆਬਾਦੀ ਹੈ 344 ਪਿੰਡਾਂ ਦੇ ਵਿੱਚੋਂ ਕਹਿੰਦੀ ਅੱਜ ਪਿੰਡ ਦਾਏ ਦੀ ਧਰਤੀ ਧੰਨ ਧੰਨ ਬਾਬਾ ਤਾਰਾ ਸਿੰਘ ਨਾਲ ਧੰਤਰ ਬਾਬਾ ਸ਼੍ਰੀਮਾਨ 108 ਸੰਤ ਬਾਬਾ ਵਿਸਾਖਾ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਕਹਿੰਦੇ ਅੱਜ 30 ਦਾ ਸ਼ਾਨਦਾਰ ਕਬੱਡੀ ਦਾ ਕੱਪ ਕਬੱਡੀ ਦਾ ਮਹਾਕੁੰਭ ਜਿਸ ਦਾ ਕਹਿੰਦੇ ਦੂਸਰਾ ਦਿਨ ਪੁਆਇੰਟ ਕਹਿੰਦੇ ਜਾਫੀ ਦਾ ਪੁਆਇੰਟ ਜਾਫੀ ਦਾ ਹੈਲੋ ਕਹਿੰਦੇ ਨੋਟ ਕਰੀ ਵੀਰੇ ਐਂਡਗੜ੍ਹ ਜੇਤੂ ਆ ਨੱਥੋਵਾਲ ਦੇ ਐਂਡਗੜ੍ਹ ਚੋਂ ਐਂਡਗੜ੍ਹ ਜੇਤੂ ਆ ਅਗਲਾ ਮੈਚ ਮੱਲੀਆਂ ਵਾਲਾ ਨਿੱਕਾ ਕਲੱਬ ਚਕਾਵਾਂ ਇਹ ਵੀ ਟੀਮਾਂ ਜਲਦ ਤੋਂ ਜਲਦ ਗਰਾਊਂਡਾਂ ਵਿੱਚ ਆ ਜਾਣ ਨਿੱਕਾ ਕਲੱਬ ਚਕਾਵਾਂ ਤੇ ਮੱਲੀਆਂ ਵਾਲਾ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸੇ ਸਾਧੂ ਸ਼ਾਹ ਕਲੱਬ ਕਿਸ਼ਨਪੁਰਾ ਮੈਂ ਜਿੰਨੀਆਂ ਵੀ ਟੀਮਾਂ ਅਨਾਊਂਸ ਕਰਦਾ ਟੀਮਾਂ ਧਿਆਨ ਦੇਣ ਲੈ ਅਗਲੀ ਕਬੱਡੀ ਕਹਿੰਦੇ ਪੰਜਾਬੀ ਦੇ ਇਸ ਖਿਡਾਰੀ ਦੀ ਹੈ ਲੈ ਸਾਹਮਣੇ ਹੁਣ ਚਾਰ ਜਾਫੀ ਨੇ ਚਾਰੇ ਹਲਕਾ ਹਲਕਾ ਪਿੱਛੇ ਨੂੰ ਵੜਦੇ ਜਾ ਰਹੇ ਨੇ ਚਾਰਾਂ ਜਾਫੀਆਂ ਦੀ ਕੁੰਬਲੀ ਚੈਨ ਦੇ ਵਿੱਚ ਦੇਖਣ ਵਾਲਾ ਹੋਵੇਗਾ ਬਈ ਵਾਹ ਬੂਟਾ ਮਨਸੂਰ ਵਾਲਾ ਫੈਸਲਾ ਕਰਦਾ ਕਿਸੇ ਵੀ ਖਿਡਾਰੀ ਵੀਰ ਨੇ ਨਾ ਬਹਿਸਬਾਜ਼ੀ ਨਹੀਂ ਕਰਨੀ ਕਿਸੇ ਵੀ ਖਿਡਾਰੀ ਵੀਰ ਨੇ ਕਿਉਂਕਿ ਆਪਾਂ ਨਿੱਤ ਖੇਡਣਾ ਪੰਜਾਬ ਦੇ ਕਬੱਡੀ ਗੱਪਾਂ ਦੇ ਅਗਲਾ ਮੈਚ ਨਿੱਕਾ ਕਲੱਬ ਚਕਾਵਾਂ ਵਰਸਿਸ ਮੱਲੀਆਂ ਵਾਲਾ ਇਹ ਵੀ ਟੀਮਾਂ ਜਲਦ ਤੋਂ ਜਲਦ ਗਰਾਊਂਡਾਂ ਵਿੱਚ ਆਏ ਨੇ ਨਿੱਕਾ ਕਲੱਬ ਚਕਾਵਾਂ ਵਰਸੇ ਮੱਲੀਆਂ ਵਾਲਾ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸੇ ਬਾਬਾ ਸਾਧੂ ਸ਼ਾਹ ਕਲੱਬ ਕਿਸ਼ਨਪੁਰਾ ਭਿੰਡਰਗੜ੍ਹ ਵਰਸੇ ਦਸੌਂਦਾ ਕਲੱਬ ਵਰੇ ਕੰਡਿਆਲ ਤੇ ਸਦਮਾ ਬੇਟ ਮੈਂ ਜਿੰਨੀਆਂ ਵੀ ਟੀਮਾਂ ਅਨਾਊਂਸ ਕਰਦਾ ਟੀਮਾਂ ਧਿਆਨ ਦੇਣੀ ਇਹਨਾਂ ਮੈਚਾਂ ਦੇ ਵੱਲ ਅਗਲੀ ਕਬੱਡੀ ਕਹਿੰਦੇ ਫਿਰ ਇਸ ਖਿਡਾਰੀ ਦੀ ਹੈ ਕਿ ਹੁੰਦਾ ਸੀ ਜਿਹਦਾ ਨਾਮ ਪਹਿਲਾਂ ਜੱਗ ਤੌਲੀਏ ਤੇ ਗੱਲ ਪੁੱਜ ਗਈ ਡਾਇਰੈਕਟਰਾਂ ਦੇ ਤੱਕ ਜੀ ਫੇਰ ਨਾਮ ਹੋਇਆ ਕਬੱਡੀ ਦਾ 100 ਤੋਂ 1000 ਤੱਕ ਫਿਰ ਆਇਆ ਸਮਾਂ ਤੇ ਕਬੱਡੀ 1 ਲੱਖ ਨੂੰ ਵੀ ਗਈ ਟੱਪ ਜੀ ਫਿਰ ਪੰਜਾਬ ਸਰਕਾਰ ਨੇ ਜਦੋਂ ਵਰਲਡ ਕੱਪ ਕਰਵਾਇਆ ਤੇ ਫਿਰ ਕਬੱਡੀ 2 ਕਰੋੜ ਨੂੰ ਵੀ
गई टप जी के पटौर वाले भी कोई दिवे ज्यादा दूर नहीं गए के जो नाम खिलाड़िया मिलने टरक जी के पटौर वाले भी कोई दिवे ज्यादा दूर नहीं गए जो नाम खिलाड़िया मिलने टरक जी। अगला मैच निक्का क्लब चकामा वर्से मलिया वाला टीम ग्राउंड आए ना निक्का क्लब चकामा वर्से मलिया वाला ये दो अगले मैच टीम तैयारी खिंच लगे अगली कबड्डी कहने फिर इस खिलाड़ी की है कि जेडे नशे में पै के उन्होंने हूं गा ली जवानी खाली खड़ कर गले तो है नहीं कि सजे दवानी कि नशा सारिया पता कहता काल तंदा शरीर एवं ठोकर पुणे च लग जा मंडीर के खुशे कोटले वाला गल सचिया सुना कहता हूं सामना शरीर यह तो पुत सामे कमा के खुशे कोटले वाला गल मरीगिया सचिया लिखा कहता हूं सामना शरीर यह तो सामे कमा अगली कबड्डी कहने फिर इस खिडारी की है सामने चार जाफी ने चारे जाफी कहते पूरे टॉप देने संभाले साथ जाते नोटना कदे ना कमाइया हौले कखो रहा सदा नहीं हालात रही माड़े बंदे सदा नहीं बंदे चढ़ाइया रहा सदा नहीं बंदे चढ़ाइया रहा। अगला मैच निक्का क्लब चकामा वर्सी मलिया वाला उत्थे आपां धन्नवाद करदे आं सारी प्रबंध कमेटी दा सारी संजोगी सजना दा जिन्हां ने एक रुपये तो लैके डल्ले की टीम जित गई वीरे नोट करनी डल्ले की टीम जित चुकी है पाजी नोट कर लो डल्ले की टीम जित चुकी है। निक्का क्लब चकामा ते मलिया वाला सेंटर लैंदे हैं गुरु नानक क्लब गोविंदगढ़ वर्सेस साधु शाह क्लब कृष्णपुरा यह भी टीम तैयारी खिंचन लग गए मैच नहीं निक्का क्लब चकामा ते मलिया वाला सेंटर लैंदे गुरु नानक क्लब गोविंदगढ़ वर्सेस साधु शाह क्लब कृष्णपुरा अगले मैच टीम तैयारी खिंच लैन पिंड दे करा दसौंदा क्लब वरे कंडियाल ते सदमा बेड मैं जिन्हां भी टीम अनाउंस करदा टीम ध्यान दे इन मैचां दे वल टीम ध्यान दे इन मैचां दे वल गुरु नानक क्लब गोविंदगढ़ वर्सेस साधु शाह क्लब कृष्णपुरा अगले मैचां लई टीम तैयारी कीतियां ने गुरु नानक क्लब गोविंदगढ़ वर्सेस साधु शाह क्लब कृष्णपुरा पिंड कला वर्सेस दसौंदा क्लब वरे कंडियाल ते सिद्धमा बेड चकामा दी टीम कदला चकामा टीम शबरी वाली सैर चली गई है दूजे पास टीम कहने मलिया वाले दी चढ़दी वाली सैड अगली कबड्डी कहने राजा इस खिडारी का नाम चकामा पिंड है पर पॉइंट कहते इस चकामा की टीम हिस्से लिए जरूरत है मेरी वीर ने अगली कबड्डी चल फिर पर हैप्पी नाम है कहते मलिया पिंड है इस खिडारी का सामने हूं चार जाफी ने चारे पूरे टॉप देने कहते चार जाफिया देखने वाला होगा किड़ा जाफी ला गई एक वाली जाफा धन धन करवाएगा यह गल वक्री बन जाएगी तीन सकेंटा में कुछ पल बीत चुके ने कुछ बीतने वाले ने लेकिन दाते वाले सेबी ने फैसला करना उसे आप धन्यवाद करते हैं सारी प्रबंध कमेटी का कि जिन्होंने एक रुपये तो लैके एक रुपये तो लैके हजार रुपये तक के लख रुपये तक इस कबड्डी कप के संजोग दते ने कि परमात्मा सब दे दुगनी रात चौकनी के तरक्की बख्शी महाराज सारी प्रबंध कमेटी का सारी एन आर वीर सारी ग्राम पंचायत सारी नगर निवासियों का धन्यवाद करेंगे। अगला मैच जरा होगा गुरु नानक क्लब गोविंदगढ़ बस साधु शाह क्लब कृष्णपुर होगा अगला मैच सेमा डाट मेरा वीर जिथे मेरी आवाज नहीं सुनता स्टेज को आ जाए सेमा डाट जी जिथे मेरी आवाज नहीं सुनते ने स्टेज को पहुंच जाए अगली कबड्डी कहने फिर खिडारी दी है दूजे पास बई वाह हल्का हल्का टाचा पॉइंट कहने जाफी वध के चलाई की है
ਪੁਆਇੰਟ ਕਹਿੰਦੇ ਪੁਆਇੰਟ ਤਾਬੀ ਦਾ ਹੋ ਗਿਆ। ਅਗਲਾ ਮੈਚ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸਸ ਬਾਬਾ ਸਾਧੂ ਸਾਧ ਕਲੱਬ ਕ੍ਰਿਸ਼ਨਪੁਰੇ ਦਾ ਹੋਵੇਗਾ। ਅਗਲੇ ਮੈਚ ਦੀ ਟੀਮਾਂ ਤਿਆਰੀ ਖਿੱਚਣ, ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸਸ ਸਾਧੂ ਸਾਧ ਕਲੱਬ ਕ੍ਰਿਸ਼ਨਪੁਰੇ ਦਾ ਇਹ ਦੋ ਅਗਲਾ ਮੈਚ ਖੇਡਿਆ ਜਾਵੇਗਾ। ਉਹਦੇ ਕਹਿੰਦੇ ਜਿੰਨੇ ਵੀ ਸਤਿਕਾਰਯੋਗ ਵੀਰ ਪੁੱਜੇ ਨੇ, ਹਰਦੀਪ ਕੋਕਰੀ ਵਾਲਾ ਨਾਲ ਮੇਰਾ ਵੀਰ ਅੰਗਰੇਜ਼ ਅਹਿਮਦਗੜ੍ਹ ਵਾਲਾ, ਹੈਲੋ ਹੈਲੋ ਕਹਿੰਦੇ ਨੋਟ ਕਰੀ ਵੀਰੇ ਸ਼ੇਰਪੁਰਾ ਜੇਤੂ ਆ ਚਰਨੇ ਸ਼ੇਰਪੁਰਾ। ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸੇ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰਾ ਅਗਲੇ ਮੈਚਾਂ ਦੀ ਟੀਮਾਂ ਤਿਆਰੀ ਖਿੱਚਣ। ਮੈਂ ਦੋਨਾਂ ਟੀਮਾਂ ਨੂੰ ਬੇਨਤੀ ਕਰਨਾ ਨਾਲ ਪਿੰਡ ਕਲਾਂ ਵਰਸੇ ਦਸੌਂ ਦਾ ਕਲੱਬ ਵਰੇ ਲੈ ਦੂਜੇ ਪਾਸੇ ਨਹੀਂ ਦਿਸਾ ਨਹੀਂ ਦਿਸਾ ਗੱਲ ਵੱਖਰੀ ਬਣਾਤੀ ਹੈ। ਪੁਆਇੰਟ ਪੁਆਇੰਟ ਯਾਫੀ ਦਾ ਪੁਆਇੰਟ ਯਾਫੀ ਦਾ ਉੱਥੇ ਆਪਾਂ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕੀ ਨੰਦ ਵੀ ਕਿ ਬੈਠੇ ਭੁੱਖੇ ਦੇ ਆਏ ਬੜੀ ਦੂਰੋਂ ਦੂਰੋਂ ਦੇ ਆਏ ਕਿ ਕਿਸ ਗੱਲ ਦੀ ਨਾ ਇਹਨਾਂ ਨੂੰ ਘਾਟ ਕਰ ਕੇ ਕਿ ਬੋਲਦਾ ਜ਼ਰੂਰ ਹੁਣ ਕਬੱਡੀ ਦਾ। ਡਾਕਟਰ ਸ਼ਿੰਦਰ ਆਈ ਮਾੜਾ ਜਿਹਾ ਇੱਥੇ ਕਹਿੰਦੇ ਹੁਣਾਂ ਕੋਲ ਵੀਰੇ। ਅਗਲਾ ਮੈਚ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸੇ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰੇ ਦੀ। ਮੈਂ ਟੀਮਾਂ ਨੂੰ ਬੇਨਤੀ ਕਰਦਾ ਰਾਜੂ ਹੁਣਾਂ ਨੂੰ ਮੇਰੇ ਵੀਰੇ ਕ੍ਰਿਸ਼ਨਪੁਰੇ ਵਾਲਿਆਂ ਨੂੰ ਉਹਨਾਂ ਮੈਂ ਬੇਨਤੀ ਕਰਦਾ ਕਿ ਟੀਮ ਲੈ ਕੇ ਗਰਾਊਂਡ ਵਿੱਚ ਆ ਜਾਏ ਮੇਰਾ ਵੀਰ ਰਾਜੂ ਕ੍ਰਿਸ਼ਨਪੁਰੇ ਵਾਲਾ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰਾ ਵਰਸਸ ਗੋਬਿੰਦ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ। ਉੱਥੇ ਕਹਿੰਦੇ ਅੰਗਰੇਜ਼ ਅਹਿਮਦਗੜ੍ਹੀਆ ਨਾਲ ਕੋਕਰੀ ਦਾ ਹਰਦੀਪ ਨਾਲ ਤਾਰਾ ਮੇਰਾ ਵੀਰ ਕ੍ਰਿਸ਼ਨਪੁਰੇ ਵਾਲਾ ਸਾਰੇ ਵੀਰਾਂ ਦਾ ਆਪਾਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਬੁਲਾਰੇ ਪੁੱਜੇ ਨੇ ਪੰਜਾਬ ਦੇ ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ। ਅਗਲੀ ਕਬੱਡੀ ਕਹਿੰਦੇ ਫਿਰ ਇਸ ਗੜਾਰੀ ਦੀ ਹੈ ਲੈ ਸਾਹਮਣੇ ਹੁਣ ਚਾਰ ਜਾਫੀ ਨੇ ਚਾਰੇ ਹਲਕਾ ਹਲਕਾ ਪਿੱਛੇ ਨੂੰ ਅੜਦੇ ਜਾ ਰਹੇ ਨੇ। ਆ ਜਾਫੀ ਨੇ ਕਹਿੰਦੇ ਬਸ ਚੜ ਕੇ ਲੜਾਈ ਕੀਤੀ ਹੈ ਨਹੀਂ ਰੀਸਾ ਨਹੀਂ ਰੀਸਾ ਪੁਆਇੰਟ ਮੈਚ ਸਮਾਪਤ ਦੱਸੀ ਮੇਰੀ ਕਿਹੜੀ ਟੀਮ ਜਿੱਤ ਗਈ। ਅਗਲਾ ਮੈਚ ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸਸ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰਾ ਚਕਾਵਾਂ ਦੀ ਨਿੱਕਾ ਕਲੱਬ ਚਕਾਵਾਂ ਟੀਮ ਜਿੱਤ ਚੁੱਕੀ ਹੈ ਵੀਰੇ ਭਾਜੀ ਲਗਣੀ ਨਿੱਕਾ ਕਲੱਬ ਚਕਾਵਾਂ ਜਿੱਤ ਚੁੱਕੀ ਆ। ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸੇ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰਾ ਸੈਂਟਰ ਲੈਣ ਤੇ ਆਏ ਨਾਲ ਪਿੰਡ ਤੇ ਦਸੌਂਦਾ ਕਲੱਬ ਵਰੇ ਕੰਡਿਆਲ ਤੇ ਸਿੱਧਵਾਂ ਬੇਟ। ਮੈਂ ਜਿੰਨੀਆਂ ਵੀ ਟੀਮਾਂ ਨੇ ਉਸ ਗੱਲਾਂ ਟੀਮਾਂ ਧਿਆਨ ਦੇਣ। ਹੈਲੋ ਹੈਲੋ ਬਾਈ ਬਵੰਜਾ ਕਿਲੋ ਦੀਆਂ ਹੋਰ ਫੈਲਦੀਆਂ ਟਾਈਆਂ ਨਿਕਲ ਲੱਗੀਆਂ ਵਾ ਚਾਰੇ ਟੀਮਾਂ ਪਹੁੰਚ ਜਾਣਾ। ਗੁਰੂ ਨਾਨਕ ਕਲੱਬ ਗੋਬਿੰਦਗੜ੍ਹ ਵਰਸਸ ਸਾਧੂ ਸ਼ਾਹ ਕਲੱਬ ਕ੍ਰਿਸ਼ਨਪੁਰਾ ਸੈਂਟਰ ਲਾਈਨ ਤੇ ਹੋਏ ਨਾ ਨਾਲ ਪਿੰਡ ਰੰਗਰਾ ਵਰਸਸ ਦਸੌਂਦਾ ਕਲੱਬ ਵਰੇ ਦੋਨਾਂ ਟੀਮਾਂ ਗਰਾਊਂਡਾਂ ਵਿੱਚ ਆਏ ਨੇ। ਪਿੰਡ ਦੇ ਕਲਾ ਵਰਸੀ ਦਸੌਂਦਾ ਕਲੱਬ ਵਰੇ ਮੇਰੀ ਬੇਨਤੀ ਹੈ ਦੋਨਾਂ ਟੀਮਾਂ ਨੂੰ ਕਿ ਇੱਕ ਮਿੰਟ ਦੇ ਵਿੱਚ ਪੁੱਜਣੀਆਂ ਚਾਹੀਦੀਆਂ ਦੋਨਾਂ ਟੀਮਾਂ ਦਸੌਂਦਾ ਕਲੱਬ ਵਰੇ ਵਰਸਸ ਪਿੰਡ ਦੇ ਕਲਾ ਨਾਲ ਕੰਡਿਆਲ ਤੇ ਸਿੱਧਵਾਂ ਬੇੜ ਨੂੰ ਮੇਰੀ ਬੇਨਤੀ ਹੈ ਕਿ ਵੀ ਟੀਮਾਂ ਕਰ ਤਿਆਰੀ ਗਰਾਊਂਡਾਂ ਵਿੱਚ ਆਏ ਨਾ ਕੰਡਿਆਲ ਤੇ ਸਿੱਧਵਾਂ ਬੇੜ ਇਹ ਵੀ ਟੀਮਾਂ ਕਰ ਤਿਆਰੀ ਗਰਾਊਂਡਾਂ ਵਿੱਚ ਆਏ ਨਾਲ ਦੋਤਾ ਵਰਸਸ ਕੌਂਕੇ ਏ ਇਹ ਵੀ ਟੀਮਾਂ ਮੈਨੂੰ ਬੇਨਤੀ ਕੌਂਕੇ ਕਲਾ ਇਹਦੀ ਮੈਂ ਟੀਮਾਂ ਬੇਨਤੀ ਕਿ ਵੀ ਟੀਮਾਂ ਕਰ ਤਿਆਰੀ ਗਰਾਊਂਡਾਂ ਵਿੱਚ ਆਏ ਨਾ ਦੋਤਾ ਵਰਸਸ ਕੌਂਕੇ ਕਲਾ ਏ ਰੋਟੇ ਤੇ ਮੈਨਾ ਇਹ ਵੀ ਟੀਮਾਂ ਕਰ ਤਿਆਰੀ ਗਰਾਊਂਡਾਂ ਵੱਲ ਆ ਜਾਣਾ ਲੈ ਦੂਜੇ ਪਾਸੇ ਨਹੀਂ ਦਿਸਦਾ ਨਹੀਂ ਦਿਸਦਾ ਬਈ ਵਾਹ ਇਹਨੇ ਡਾਡੇ ਜੋੜ ਕਿ ਮਹਿਫਲ ਦੀ ਜਿੰਦ ਜਾਨ ਪੰਜਾਬੀ ਇਹ ਸ਼ੇਰ ਨੇ ਗੱਲਾਂ ਨੂੰ ਕਿ ਪੰਜਾਬੀ ਗੱਲਾਂ ਨੂੰ ਵੀ ਸ਼ੇਰ ਤੇ ਖੇਡ ਤੇ ਮੈਦਾਨ ਅੰਦਰ ਵੀ ਸ਼ੇਰ। ਅਗਲਾ ਮੈਚ ਪਿੰਡ ਕਲਾ ਵਰਸੇ ਤੇ ਸੌਂਦਾ ਕਲੱਬ ਵਰੇ ਦਾ ਹੋਵੇਗਾ ਦੋਨੇ ਟੀਮਾਂ ਕਰ ਤਿਆਰੀ ਗਰਾਊਂਡਾਂ ਵਿੱਚ ਆਏ। ਪਿੰਡਰਗਾ ਤੇ ਦਸੌਂਦਾ ਕਲੱਬ ਵਰੇ ਨੂੰ ਮੇਰੀ ਬੇਨਤੀ ਕਿ ਇੱਕ ਮਿੰਟ ਦਿੱਤਾ ਜਾਂਦਾ ਦੋਨਾਂ ਟੀਮਾਂ ਨੂੰ ਗਰਾਊਂਡਾਂ ਵਿੱਚ ਆ ਜਾਂਦੇ। ਪਿੰਡਰਗਾ ਤੇ ਦਸੌਂਦਾ ਕਲੱਬ ਵਰੇ ਨਾਲ ਕੰਡਿਆਲ ਤੇ ਸਿੱਧਵਾਂ ਬੇੜ ਇਹਨਾਂ ਮੈਂ ਟੀਮਾਂ ਬੇਨਤੀ ਕਰਦਾ ਕਿ ਟੀਮਾਂ ਕਰ ਤਿਆਰੀ ਗਰਾਊਂਡਾਂ ਵਿੱਚ ਆ ਜਾਂਦਾ
ठीक है जी रंडियाला ते सतमा बेड ए टीमा कार तैयारी ग्राउंड विच आज रंडियाला ते सतमा बेड रंडियाला वर्सेस सतमा बेड नु मेरी बेनती है कि टीमा कार तैयारी ग्राउंड विच आज ना अगला जेड़ा मैच होवेगा पिंड दे करा ते दसों दा क्लब वरेला होवेगा पिंड दे कला ते दसों दा क्लब वरे अगला जेड़ा मैच खेला जावेगा अगली कबड्डी कहने फिर खिलाड़ी दी है सामने हुण चार जाफी ने चारे पूरे टॉप ने के हुंदा सी ओ जिहदा नाम पहला जग तौलीए ते गल पुज गई डायरेक्टरां दे तक जी फिर नाम होया कबड्डी दा 100 तों 1000 तक फिर आया समा ते कबड्डी 1 लाख नूं भी गई टप जी एक मोर डिग चुकी है जिस मेरे वीर लभी है कृपा करके स्टेज दे पहुंच नहीं करते मोर डिग चुकी है जिस मेरे वीर लभी है कृपा करके स्टेज को पहुंच नहीं करते उस वीर का बहुत बहुत धन्यवाद होगा सारी फ्रेंड कमेटी अगला मैच पिंड विकला ते दसों दा क्लब वरे दा होवेगा ए भी टीमा कार तैयारी ग्राउंड विच आ जाना पिंड विकला दसों दा क्लब वरे नाल रंडियाला ते सदमा बेड मैं जिन्नियां भी टीमा अनाउंस करदा टीमा ध्यान देने ना मैच आले वल क्योंकि समा बहुत कीमती है ना दाते वाला भीरी मेरा वीर जिथे मेरी आवाज नूं सुनदा है कृपा करके ग्राउंड विच आ जाए दाते वाला बीरी बीरी बंब दाते वाला मेरा वीर जिथे मेरी आवाज नूं सुनदा कृपा करके ग्राउंड दे विच आ जाए ते अगली कबड्डी कहने फिर इस खिलाड़ी दी है फैसला फैसला अटल है चल पलवान पावे तू अगली कबड्डी के हरजीत भी कबड्डी विच नाच चमका गया कोलिए वाला केला कहते नविया पिरता पा गया पाजी कृष्णपुरे दी टीम वालों गोविंदगढ़ की टीम से इतराज आया ऐसा फैसला प्रबंधक कमेटी करेगी पहला इतराज फीस फोन की कर दो कृष्णपुरे वाले पहला इतराज फीस फोन की करो कृष्णपुरे की टीम वालों गोविंदगढ़ की टीम से इतराज आया ऐसा फैसला प्रबंधक कमेटी करेगी पहला इतराज फीस फोन की जाए कृष्णपुरे की टीम मेरी बेनती है कृपा करके इतराज फीस जिन्नी भी बांधी हो कृपा करके बहुत ही की जाए अगला मैच पिंड दे करा ते दसों दा क्लब वरे दा होवेगा इन्हां टीमां नूं बेनती है कि टीमां कर तैयारी ग्राउंड दे विच आ जाणा पिंड दे क्लब दसों दा क्लब वर्सेस पिंड दा दसों दा क्लब वरे वर्सेस पिंड दा टीमां सेंटर में देन दसों का क्लब वरे वर्सेस पिंड रगना सेंटर लाइन ते आए अगला मैच दे लई दसों का क्लब वरे वर्सेस पिंड रगना इन्हों में बेनती की टीम सेंटर लाइन ते आए नाल रंडियाला ते सदमा बेड ए भी टीम कर तैयारी ग्राउंड विच आ जाना रंडियाला वर्सेस सदमा बेड प्रबंधक कमेटी को बेनती है मेरे ग्राउंड के बाहर फैसला कर दो यार क्योंकि आप इस तो अगले मैच भी करवाने हैं आप धन्यवाद करते हैं सारी प्रबंधक कमेटी का ओ यार लड़ो ना प्यार ना करो कौन रोड़ा पड़े ना दाते यारा मैच शुरू करवा
बाजी कुट्टियों ना कोई ना टीम काट दे हो कुट्टियों ना मेरे वीर टीम काट दे हो जिसने तेरी टीम ने तराय लाओ ना पहना 500 रुपये अपना दिया करो यार मैं पहना भी कही है नहीं किसी पुरे वाले को पहला 500 रुपये बोल दा करता करो ये बेंती है तराय भी 500 रुपये अबे मैं किसी पुरे नुके या नहीं के पहला तराय भी जमा करा दो फिर तक तराय मने जाबीगा अगर मैं चल रहा है नेहला तो सितमा बेर ना होगा एक व्यक्ति में कार तैयारी ग्राउंड है बेचारे ना जंडियाला बस सितमा बेर दोता ते काउंटे कला ए रोटे ते मैना ते हारा ते गाल कला जितर मिट्टी ते खुदाई चाका मैं जुनिया की टीम में नाउज करता टीम में त्याग देने ही ना मैच चले वाला पॉइंट ताबीदा अगर मैं जगान दिया रहा तो सत्ता पेट ना होगा नाल दोता ते कांगे कला ए अगले मैच चली टीम आप तैयारी कीजिए के एक मेंट दे बच्चे ग्राउंड दे बच्चे पहुंचने चाहिए नहीं ये टीम आप स्क्रैच कीजिए जा रही नहीं पामे पेंट लिया तो पामे बाहर लिया उस घंटा चकावा दे मलगा जब लड़ी जीती ही देखी मड़ी जी अगर मैच जंडियाला तो सितमा बेड जंडियाला तो सितमा बेड अगले मैच की टीम तैयारी की चलना नाला दूता दे काउंटे कला ए रोटे वर्सेस मैना चकावा दे तू हेलो हेलो हाँ जी जेडी मोर गुम हुई सी ओ मुड़ गई है वीरे बहुत बहुत मेहरबानी जसवीर ने मोर वापस की है मोर जेडी ओ मुड़ गई है बड़ी मेहरबानी बहुत धन्यवाद उस जेड़ा वीर मोर वापस करके गया है भिंडर ते वरियां दी टीमां दे दरमियान जेड़ा अगला मैच खेडा जा रहा है इस तो बाद रंडियाला ते सितमा बेट तैयारी करनगे रंडियाला ते सितमा बेट दी टीमां प्रबंधक वीरां वल्लों बेनती है भी इतराज जिहड़ा चलदे मैच दे विच लिखती रूप च विप जिहड़ी इतराज फीस पहुंचदी करिया करो फिर इतराज मन्निया जाणा है यह बेनती है प्रबंधक वीर कमेटी का फैसला है कौन जित्या भाई वरियां दी टीम जेतू इस पिंडर सॉरी पिंडरां दी टीम भाई जेतू इस मैच चों कंडियाल ते सिद्धमा रंडियाला ते सिद्धमा वेट आओ जी ਪਿੰਡਰਾਂ ਦੀ ਟੀਮ ਕਹਿੰਦੇ ਬਾਈ ਜੇ ਤੂੰ ਨੋਟ ਕਰ ਲਿਓ ਰੰਡਿਆਲਾ ਤੇ ਸਿੱਧਵਾ ਬੇਰ ਦੀ ਟੀਮਾਂ ਸੈਂਟਰ ਵਾਲੀ ਲਾਈਨ ਦੇ ਉੱਤੇ ਆ ਜਾਣ ਇਹਨਾਂ ਦੋ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਹੈ ਉਸ ਤੋਂ ਬਾਅਦ ਦੋਦਾ ਤੇ ਕੌਂਕੇ ਕਲਾ ਇਹ ਰੋਡੇ ਤੇ ਮਹਿਣਾ ਧਿਆੜਾ ਤੇ ਗਾਲਬ ਕਲਾ ਗਿੱਦੜ ਪਿੰਡੀ ਤੇ ਖਜਾਈ ਚੱਕ ਦਾਇਆ ਗੁਰੂ ਇਹ ਤੇ ਬਾਬਾ ਖੁਸ਼ਹਾਲ ਸਿੰਘ ਕਲੱਬ ਚੜਿਕ ਬਾਬਾ ਕਾਲਾ ਮਹਿਰ ਜਲਾਲਾਬਾਦ ਤੇ ਬਾਬਾ ਵਿਸਾਖਾ ਸਿੰਘ ਕਲੱਬ ਕਿਸ਼ਨਪੁਰਾ ਡਗਰੂ ਤੇ ਕਿਸ਼ਨਪੁਰਾ ਇਹ ਜਨੇਦਪੁਰਾ ਤੇ ਪ੍ਰਾਣੇ ਵਾਲਾ ਰਸੂਲਪੁਰ ਤੇ ਬਾਬਾ ਰੋਡੂ ਕਲੱਬ ਕੌਂਕੇ ਇੰਦਗੜ ਤੇ ਸ਼ੇਰਪੁਰਾ ਇਹ ਟੀਮਾਂ ਤਿਆਰ ਪਰ ਤਿਆਰ ਹੋ ਜਾਣ ਹਾਂਜੀ ਮੇਰੀ ਬੇਨਤੀ ਜਿਹੜੇ ਪਲੇਅਰ ਤੇ ਵੀਰੇ ਇਤਰਾਜ਼ ਲੱਗਿਆ ਹੈ ਜੇ ਤਾਂ ਉਹ ਦੋ ਤਿੰਨ ਮਿੰਟਾਂ ਜਾ ਕੇ ਵੇਟ ਕਰਵਾਉਂਦਾ ਤਾਂ ਠੀਕ ਹੈ ਜਿਸ ਪਲੇਅਰ ਤੇ ਵੀ ਇਤਰਾਜ਼ ਲੱਗਿਆ ਉਹ ਪਲੇਅਰ ਆ ਕੇ ਪਲੀਜ਼ ਆਪਣਾ ਵੇਟ ਕਰਵਾ ਲਵੇ ਜੇ ਉਹ ਪਲੇਅਰ ਵੇਟ ਕਰਾਉਣ ਨਹੀਂ ਆਉਂਦਾ ਤਾਂ ਅਸੀਂ ਟੀਮ ਜਿਹੜੀ ਕੱਟ ਦੇਣੀ ਹੈ ਵਿਰੋਧੀ ਟੀਮ ਨੂੰ ਜੇਤੂ ਕਰਾਰ ਦੇ ਦੇਣਾ ਇਹ ਪਲੇਅਰ ਨੋਟ ਕਰ ਲੈਣ ਟੀਮਾਂ ਜਿਹੜੇ ਪਲੇਅਰ ਤੇ ਇਤਰਾਜ਼ ਲੱਗਾ ਉਹ ਪਲੇਅਰ ਆ ਕੇ ਆਪਣਾ ਵਜ਼ਨ ਕਰਵਾ ਲਵੇ ਇਹ ਸਾਡੀ ਬੇਨਤੀ ਹੈ ਇਧਰ ਮੈਚ ਰੰਡਿਆਲਾ ਤੇ ਸਿੱਧਵਾ ਬੇਟ ਦੀ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਸੇਪੀ ਰੰਡਿਆਲਾ ਤੇਰੇ ਵਾਲੇ ਪਾਸੇ ਹੈ ਨਾ
ਰੰਡਿਆਲੇ ਦੀ ਟੀਮ ਲਹਿੰਦੇ ਵਾਲੇ ਪਾਸੇ ਤੇ ਚੜ੍ਹਦੇ ਵਾਲੇ ਪਾਸੇ ਟੀਮ ਸਿੱਧਵਾਂ ਬੇਟ ਦੀ ਆ ਰਾਊਂਡ ਦਾਤੇ ਵਾਲਾ ਖਿੱਚ ਕੇ ਕਰਵਾ ਦਿਓ ਮੇਰੇ ਵੀਰ ਲਓ ਵੇਖੋ ਸਾਹਮਣੇ ਇਸੇ ਲਈ ਸਿੱਧਵਾਂ ਵਾਲੇ ਨੌਜਵਾਨ ਦੀ ਪਈ ਹੋਈ ਕਬੱਡੀ ਹੈ ਤੇ ਪੁਆਇੰਟ ਇਸ ਵੇਲੇ ਰੀਡਰ ਦਾ ਪੁਆਇੰਟ ਇਸ ਸਮੇਂ ਰੀਡਰ ਦਾ ਖੇਡ ਮੈਦਾਨ ਦੇ ਵਿੱਚ ਦੋਦਾ ਤੇ ਕੌਂਕਿਆਂ ਦੀਆਂ ਟੀਮਾਂ ਜਲਦੀ ਪੁੱਜੀਆਂ ਹਨ ਦੋਦਾ ਤੇ ਕੌਂਕੇ ਜੇ ਦੋਨੋਂ ਟੀਮਾਂ ਆ ਗਈਆਂ ਤਾਂ ਹੱਥ ਖੜੇ ਕਰ ਦਿਓ ਕੌਂਕੇ ਤੇ ਦੋਦੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਇਹ ਟੀਮਾਂ ਕਰਕੇ ਤਿਆਰੀ ਜਲਦੀ ਨਾਲ ਕਬੱਡੀ ਦੇ ਮੈਦਾਨ ਜਾ ਜਾਣ ਰੋਟੀਆਂ ਨੇ ਮਿਹਣੇ ਨਾਲ ਖੇਡਣਾ ਹੈ ਝਾੜਾ ਤੇ ਗਾਲਬ ਦਾ ਮੈਚ ਹੋਣਾ ਹੈ ਗਿੱਦੜ ਪਿੰਡੀ ਤੇ ਖੁਦਾਈ ਚੱਕ ਦੀਆਂ ਟੀਮਾਂ ਖੇਡਣਗੀਆਂ ਗੋਲੂ ਏ ਦਾਇਆ ਕਲਾਂ ਤੇ ਬਾਬਾ ਖੁਸ਼ਹਾਲ ਸਿੰਘ ਕਬੱਡੀ ਕਲੱਬ ਚੜਕੀ ਟੀਮ ਦਾ ਮੈਚ ਹੋਣਾ ਹੈ ਔਰ ਬਾਬਾ ਕਾਲਾ ਮਹਿਲ ਕਲੱਬ ਜਲਾਲਾਬਾਦ ਬਾਬਾ ਵਿਸਾਖਾ ਸਿੰਘ ਕਬੱਡੀ ਕਲੱਬ ਕਿਸ਼ਨਪੁਰਾ ਡਗਰੂ ਤੇ ਕਿਸ਼ਨਪੁਰਾ ਏ ਜਨੇਦਪੁਰਾ ਤੇ ਪੁਰਾਣੇ ਵਾਲਾ ਰਸੂਲਪੁਰ ਤੇ ਬਾਬਾ ਰੁੱਡੂ ਕਬੱਡੀ ਕਲੱਬ ਕੌਂਕੇ ਇੰਦਗੜ੍ਹ ਤੇ ਸ਼ੇਰਪੁਰੇ ਦੀਆਂ ਟੀਮਾਂ ਤਿਆਰ ਰਹਿਣਗੀਆਂ ਚੱਲ ਵੀ ਰੰਡਿਆਲੇ ਵਾਲਿਆਂ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਲੇ ਨੇ ਕਬੱਡੀ ਦੇ ਨਾਮ ਮੇਰੇ ਵੀਰ ਜਗਤ ਦੇ ਵਿੱਚ ਰੰਡਿਆਲੇ ਦਾ ਨਾਮ ਮਸ਼ਹੂਰ ਕੀਤਾ ਲਓ ਵੇਖੋ ਸਾਹਮਣੇ ਇਸ ਵੇਲੇ ਰੰਡਿਆਲੇ ਪਿੰਡ ਵਾਲਾ ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਹੈ ਵੇਖੋ ਸਾਹਮਣੇ ਪਾਈ ਹੋਈ ਕਬੱਡੀ ਤੇ ਦੂਜੇ ਪਾਸੇ ਨੌਜਵਾਨ ਗੱਭਰੂ ਜਾਫੀ ਸਿੱਧਵਾਂ ਬੇਟ ਵਾਲਾ ਬੇਟ ਵਾਲਾ ਨੌਜਵਾਨ ਗੱਭਰੂ ਟਰਾਈ ਕਰਦਾ ਇਹ ਪੁਆਇੰਟ ਇਸ ਵੇਲੇ ਰੀਡਰ ਦਾ ਦੋਦਾ ਤੇ ਕੌਂਕੇ ਨਹੀਂ ਜੀ ਪਹੁੰਚੇ ਦੋਦਾ ਤੇ ਕੌਂਕਿਆਂ ਦੀਆਂ ਟੀਮਾਂ ਕਬੱਡੀ 60 ਕਿਲੋ ਸੈਕਿੰਡ ਰਾਊਂਡ ਦੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਚ ਆ ਜਾਣ ਦੇਖੋ ਸਾਹਮਣੇ ਜਾਫੀ ਨੇ ਕੀਤੀ ਟਰਾਈ ਪਰ ਪੁਆਇੰਟ ਇਸ ਵੇਲੇ ਰੀਡਰ ਦਾ ਪਰ ਪੁਆਇੰਟ ਇਸ ਵੇਲੇ ਰੀਡਰ ਦਾ ਕੌਂਕੇ ਤੇ ਦੋਦੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਜਲਦ ਆ ਕੇ ਆਪਣਾ ਭਾਰ ਕਰਵਾ ਮੇਰੀ ਬੇਨਤੀ ਵੀ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਜਿਹੜੇ ਪਲੇਅਰ ਤੇ ਇਤਰਾਜ਼ ਲੱਗਿਆ ਉਹ ਵੀਰ ਆ ਕੇ ਆਪਣਾ ਵਜ਼ਨ ਕਰਵਾ ਲਵੇ ਮੇਰੀ ਬੇਨਤੀ ਹੈ ਕਬੱਡੀ 75 ਕਿਲੋ ਦੀਆਂ ਟੀਮਾਂ ਆਪਣਾ ਵਜ਼ਨ ਕਰਵਾ ਕੇ ਤਿਆਰੀ ਕਰ ਲੈਣ ਜਿਵੇਂ ਜਿਵੇਂ ਅਸੀਂ ਮੈਚ ਬੋਲਾਂਗੇ ਉਵੇਂ ਉਵੇਂ ਟੀਮਾਂ ਜਿਹੜੀਆਂ ਤਿਆਰੀ ਕਰਨਗੀਆਂ ਹਾਂਜੀ ਚੱਲਦੇ ਮੈਚ ਚੱਲਣ ਸਾਰ ਹੀ ਇਤਰਾਜ਼ ਲਾਉਣਾ ਪ੍ਰਬੰਧਕ ਵੀਰਾਂ ਨੂੰ ਇਨਫੋਰਮ ਕਰ ਦਿਆ ਕਰੋ ਇਤਰਾਜ਼ ਵੀ ਜਮ੍ਹਾਂ ਕਰਵਾ ਕੇ ਦੱਸ ਦਿਆ ਕਰੋ ਵੀ ਇਤਰਾਜ਼ ਕੀ ਹੈ ਤਾਂ ਇਤਰਾਜ਼ ਮੰਨਿਆ ਜਾਣਾ ਜੇ ਮੈਚ ਖਤਮ ਹੋਏ ਤੋਂ ਬਾਅਦ ਕਹੋਗੇ ਇਤਰਾਜ਼ ਆ ਨਹੀਂ ਮੰਨਿਆ ਜਾਣਾ ਇਹ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕੌਂਕੇ ਤੇ ਦੋਦੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਤਿਆਰੀ ਕਰਕੇ ਖੇਡ ਮੈਦਾਨ ਦੇ ਲਾਗੇ ਪੁੱਜੀਆਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਗੱਭਰੂ ਵੱਧ ਆਏ ਆ ਦੋਦਾ ਤੇ ਕੌਂਕਿਆਂ ਦੀਆਂ ਟੀਮਾਂ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਰੋਡੇ ਤੇ ਮਹਿਣਾ ਝਾੜਾ ਤੇ ਗਾਲਬ ਗਿੱਦੜ ਪਿੰਡੀ ਤੇ ਖੁਦਾਈ ਚੱਕ ਦੀਆਂ ਟੀਮਾਂ ਤਿਆਰ ਰਹਿਣਗੀਆਂ ਆਹ ਵੇਖੋ ਸਾਹਮਣੇ ਨੌਜਵਾਨ ਗੱਭਰੂ ਰੰਡਿਆਲੇ ਵਾਲਾ ਜਾਫੀ ਇਸ ਵੇਲੇ ਸਿੱਧਵਾਂ ਬੇਟ ਵਾਲਾ ਟਰਾਈ ਕਰਦਾ ਤੇ ਪੁਆਇੰਟ ਵੀਰੀ ਦਾਤੇ ਵਾਲਾ ਆਖਦਾ ਵੀ ਜਾਫੀ ਦਾ ਦੋਦੇ ਦੀ ਟੀਮ ਆ ਗਈ ਹੈ ਤੇ ਮੇਰੀ ਬੇਨਤੀ ਹੈ ਕੌਂਕਿਆਂ ਦੀ ਟੀਮ ਨੂੰ ਵੀ ਖਿਡਾਰੀ ਜਿਹੜੇ ਜਲਦੀ ਪੁੱਜਣ ਮੂਵ ਸਪਰੇ ਗਰਾਊਂਡ 'ਚ ਪੁੱਜਦੀ ਕਰ ਦਿੱਤੀ ਜਾਵੇ ਮੂਵ ਸਪਰੇ ਜਲਦੀ ਗਰਾਊਂਡ 'ਚ ਪੁੱਜਦੀ ਕਰ ਦਿੱਤੀ ਜਾਵੇ ਹਰਦੀਪ ਤਾਂ ਵੀ ਉਹ ਤੇ ਢੇਰੀਆਂ ਕੋਲੇ ਮੁੰਡੇ ਖੜੇ ਉਹਨਾਂ ਕੋਲੇ ਹੈਗੀ ਸਪਰੇ ਹਰਦੀਪ ਤੇ ਕਮੈਂਟਰਾਂ ਨੂੰ ਦਵਿੰਦਰ ਮਨੀਲਾ ਵੱਲੋਂ 100 ਰੁਪਇਆ ਬੋਲਦੀ ਦਵਿੰਦਰ ਮਨੀਲਾ ਜੀ ਉਹਨਾਂ ਵੱਲੋਂ ਤਿੰਨ ਵੀਰਾਂ ਲਈ ਕਮੈਂਟਰਾਂ ਲਈ ਝੋਲੀਏ ਵਾਲੇ ਲਈ ਔਰ ਦਾਸ ਲਈ ਤੇ ਅੰਗਰੇਜ਼ ਜਿੰਦਗੜ ਲਈ ਮਾਨ ਸਨਮਾਨ ਪੁੱਜੇ ਹੈ ਇੱਕ ਇੱਕ 100 ਰੁਪਏ ਦੇ ਆਪਾਂ ਧੰਨਵਾਦ ਕਰਦੇ ਹਾਂ ਸੁਹੀਰ ਦਾ ਵੀ ਜਿਹੜੇ ਕਬੱਡੀ 365.com ਦੇ ਜਰੀਏ ਬਾਹਰਲੇ ਮੁਲਕਾਂ ਦੇ ਵਿੱਚੋਂ ਬੈਠੇ ਇਹਨਾਂ ਮੈਚਾਂ ਦਾ ਆਨੰਦ ਮਾਣ ਰਹੇ ਹੈ ਉਹਨਾਂ ਵੀਰਾਂ ਦੇ ਵੀ ਬਹੁਤ ਵੱਡੇ ਧੰਨਵਾਦ ਹੈ ਜਿਨ੍ਹਾਂ ਨੇ ਇਸ ਕਬੱਡੀ ਕੱਪ ਲਈ ਯੋਗਦਾਨ ਦਿੱਤੇ ਹੈ ਅੱਜ ਦੇ ਇਸ ਕਬੱਡੀ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਯੋਗਦਾਨ ਦਿੱਤੇ ਹੈ ਸਾਰੇ ਹੀ ਵੀਰਾਂ ਦੇ ਵੱਡੇ ਸਤਿਕਾਰ ਹੈ ਕੌਂਕਿਆਂ ਦੀ ਟੀਮ ਤੇ ਦੋਦੇ ਦਾ ਮੈਚ ਖੇਡਿਆ ਜਾਣਾ ਹੈ ਅਗਲਾ ਰੋਡੇ ਤੇ ਮਹਿਣੇ ਦੀਆਂ ਟੀਮਾਂ ਵੀ ਤਿਆਰ ਹੋ ਕੇ ਮੈਦਾਨ ਜਾ ਜਾਣ ਝਾੜਾ ਤੇ ਗਾਲਬ